ਤੇ ਗਾਉਣ ਤੋਂ ਪਹਿਲਾਂ ਮੈਂ ਤੁਹਾਡੇ ਸਭ ਨੂੰ ਬੇਨਤੀ ਕਰਦਾ ਕਿ ਇੱਕ ਮਿੰਟ ਲਈ ਆਪਣੀ ਆਪਣੀ ਜਗ੍ਹਾ ਤੇ ਖੜੇ ਹੋ ਕੇ ਉਸ ਲੈਜੈਂਡ ਸਿੰਗਰ ਲਈ ਜਨਾਬ ਆਪਾਂ ਆਪਣੇ ਜਿਹੜੇ ਪਿਆਰ ਕਰਦੇ ਨੇ ਸਿੱਧੂ ਮੂਸੇਵਾਲੇ ਨੂੰ ਇੱਕ ਵਾਰੀ ਆਪਣੀ ਆਪਣੀ ਜਗ੍ਹਾ ਤੇ ਖੜੇ ਹੋ ਕੇ ਇੱਕ ਸੈਕਿੰਡ ਦਾ ਇੱਕ ਮਿੰਟ ਦਾ ਮੌਨ ਉਹਦੇ ਲਈ ਜ਼ਰੂਰ ਰੱਖਿਓ। ਇੱਕ ਮਾਂ ਦਾ ਪੁੱਤ ਗਿਆ, ਇੱਕ ਪੰਜਾਬ ਦਾ ਉਹ ਸ਼ੇਰ ਗਿਆ, ਇੱਕ ਸੈਕਿੰਡ ਲਈ ਸਭ ਕੁਝ ਬੰਦ ਕਰਕੇ ਇੱਕ ਮਿੰਟ ਲਈ ਮੌਨ ਜ਼ਰੂਰ ਰੱਖਿਓ। ਸਰ ਉਹ ਚੰਗੇ ਭਲੇ ਵਸਦੇ ਸੀ ਨੀ ਰੱਖਦਾ ਉਜਾੜ ਕੇ ਵਿਰਹੋਂ ਦੀ ਸੂਲੀ ਸਨ ਨੀ ਛੱਡਿਆ ਤੂੰ ਜਾੜ ਕੇ। ਬਾਬਾ ਜੀ ਕੱਲ੍ਹ ਦੇ ਝੰਝੋੜੇ ਬੈਠੇ ਸੀ, ਜਾਣ ਵਾਲੇ ਲੱਖਾਂ ਜਾਂਦੇ ਨੇ, ਪਰ ਜਿਹੜੀ ਵੀਡੀਓ ਦੇ ਬਾਪ ਦੀ ਵਾਇਰਲ ਹੋ ਰਹੀ ਨੇ, ਪੱਗ ਲਾ ਕੇ ਲੋਕਾਂ ਤੋਂ ਦੁਆ ਮੰਗ ਰਿਹਾ ਵੀ ਇਹ ਤੁਹਾਡਾ ਸ਼ੁਕਰੀਆ, ਉਹਨੇ ਝੰਝੋੜ ਕੇ ਰੱਖ ਦਿੱਤੇ, ਗਲੇ ਖਰਾਬ ਹੋਏ ਪਏ ਆ, ਕੱਲ੍ਹ ਦੇ ਇਹੀ ਦੇਖੀ ਜਾਂਦੇ ਵੀ ਇਹਦੇ ਪਾਣਾ ਕਿੱਦਾਂ ਵਾ। ਦੁਆ ਕਰਿਓ ਉਹਦੇ ਲਈ ਕਿ ਰੱਬ ਉਹਨੂੰ ਜੰਨਤ ਨਸੀਬ ਦੇਵੇ, ਆਪਣੇ ਚਰਨਾਂ 'ਚ ਰੱਖ ਕੇ ਬਹੁਤ ਮਾੜਾ ਹੋਇਆ ਜੀ, ਪਰ ਉਹ ਵੀਡੀਓ ਜਿਹੜਾ ਵੀ ਦੇਖਦਾ ਉਹਦੇ ਅੱਖਾਂ 'ਚੋਂ ਪਾਣੀ ਆਉਣੀ। ਮੇਰਾ ਕਸੂਰ ਤੇ ਦੱਸ ਦੇ। ਹਾਂਜੀ ਥੈਂਕ ਯੂ ਮੇਰੀ ਭੈਣ। ਕਿਉਂ ਹੋਇਆ ਦੂਰ ਤੇ ਦੱਸ ਦੇ, ਬਦਲ ਗਿਆ ਸੱਚਮੁੱਚ ਹੀ ਕਿ ਮੈਨੂੰ ਹੀ ਸਤਾਉਣਾ, ਬਦਲ ਗਿਆ ਸੱਚਮੁੱਚ ਹੀ ਕਿ ਮੈਨੂੰ ਹੀ ਸਤਾਉਣਾ, ਵੇ ਮੇਰੇ ਮਰਨੇ ਤੇ ਰੋਵੇਂਗਾ ਵੇ ਜਾਉਂਦੀ ਨੂੰ ਰਵਾਉਣਾ ਏ, ਵੇ ਮੇਰੇ ਮਰਨੇ ਤੇ ਰੋਵੇਂਗਾ ਵੇ ਜਾਉਂਦੀ ਨੂੰ ਰਵਾਉਣਾ ਏ। ਮੈਂ ਹੀ ਜਾਣਾ ਜਾ ਰੱਬ ਜਾਣੇ ਤੈਨੂੰ ਕਿੰਨਾ ਚਾਹੁੰਦੀਆਂ, ਦੁਆਵਾਂ ਮੰਗਦੀ ਲੁਕ ਲੁਕ ਕੇ ਵੇ ਤੈਨੂੰ ਨਾ ਸਤਾਉਣੀਆਂ, ਦੁਆਵਾਂ ਮੰਗਦੀ ਲੁਕ ਲੁਕ ਕੇ ਵੇ ਤੈਨੂੰ ਨਾ ਸਤਾਉਣੀਆਂ। ਤੂੰ ਖੁਸ਼ ਹੋਵੇਂ ਮੈਂ ਮਰ ਜਾਵਾਂ ਜੇ ਅਮਨਾ ਇਹੋ ਚਾਹੁੰਦਾ ਏ, ਤੂੰ ਖੁਸ਼ ਹੋਵੇਂ ਮੈਂ ਮਰ ਜਾਵਾਂ ਜੇ ਅਮਨਾ ਇਹੋ ਚਾਹੁੰਦਾ, ਵੇ ਮੇਰੇ ਮਰਨੇ ਤੇ ਰੋਵੇਂਗਾ ਵੇ ਜਾਉਂਦੀ ਨੂੰ ਰਵਾਉਣਾ ਏ, ਵੇ ਮੇਰੇ ਮਰਨੇ ਤੇ ਰੋਵੇਂਗਾ ਵੇ ਜਾਉਂਦੀ ਨੂੰ ਰਵਾਉਣਾ ਏ। ਸਬਸਕ੍ਰਾਈਬ ਕਰੋ MS ਲਾਈਵ TV ਚੈਨਲ ਨੂੰ ਅਤੇ ਨਵੀਆਂ ਨਵੀਆਂ ਵੀਡੀਓਜ਼ ਦੇਖਣ ਲਈ ਬੈੱਲ ਦੇ ਆਈਕਨ 'ਤੇ ਕਲਿੱਕ ਕਰੋ।